ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਉਦੀਨ ਸਿਵਾਵਾਂ ਚੋਨ ਬੋਰਡ ਪੰਜਾਬ ਹਨ ਪਕ ਸੈਕਟਰ 68 ਐਸ ਐਸ ਨਗਰ ਵੱਲੋਂ ਜਨਤਕ ਨਿਯੁਕਤੀਆਂ ਦਾ ਇੱਕ ਇਸ਼ਤਿਹਾਰ ਜਾਰੀ ਹੋਇਆ ਜੋ 19 ਤਰੀਕ ਨੂੰ ਜਾਰੀ ਹੋਇਆ ਤੇ 20 ਤਰੀਕ ਤੋਂ ਜਿਹੜੀਆਂ ਪੋਸਟਾਂ ਭਰੀਆਂ ਜਾਣਗੀਆਂ ਆਨਲਾਈਨ ਤੇ 30 12 22 ਜਿਹੜਾ ਸ਼ਾਮ 5 ਵਜੇ ਤੱਕ ਇਹਦੀ ਜਿਹੜੀ ਪਰੰਦੀ ਸਬਮਿਟ ਕਰਨ ਦੀ ਡੇਟ ਹੈ ਤੇ ਫੀਸ ਭਰਨ ਦੀ ਆਖਰੀ ਡੇਟਾ ਜਿਹੜੀ ਉਹ 21 2023 ਹੈ ਸੋ ਇਹਨਾਂ ਅਸਾਮੀਆਂ ਬਾਰੇ ਆਪਾਂ ਡਿਸਕਸ ਕਰੀਏ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਹਰ ਤਰ੍ਹਾਂ ਦੀਆਂ ਖਬਰਾਂ ਨਿਊਜ਼ ਚਾਹੇ ਕੋਈ ਵੀ ਤੁਹਾਡੀ ਜੌਬਸ ਦੇ ਨਾਲ ਸੰਬੰਧਿਤ ਹੋਣ ਚਾਹੇ ਤੁਹਾਡੇ ਕਿਸੇ ਵੀ ਜੋ ਵੀ ਵੈਕੈਂਸੀਜ਼ ਆਉਂਦੀਆਂ ਜੋ ਉਹਨਾਂ ਦੇ ਸੰਬੰਧ ਵਿੱਚ ਹੋਣ ਤਾਂ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰ ਸਕਦੇ ਹੋ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਇਹ ਅਧੀਨ ਸੇਵਾਵਾਂ ਚੋਣ ਮੰਡਲ ਦੇ ਵਿੱਚ ਗਰੁੱਪ ਸੀ ਦੀਆਂ ਜਿਹੜੀਆਂ ਅਸਾਮੀਆਂ ਦੇ ਮੰਗ ਪੱਤਰ ਜਿਹੜੇ ਮੰਗੇ ਗਏ ਨੇ ਸੋ ਆਪਾਂ ਦੇਖਦੇ ਹਾਂ ਇਸ ਦੇ ਵਿੱਚ 53 ਅਸਾਮੀਆਂ ਜਿਹੜੀਆਂ ਹੈਗੀਆਂ ਨੇ ਸਹਾਇਕ ਖਜ਼ਾਨਚੀ ਦੀਆਂ ਜਿਸ ਦੇ ਵਿੱਚ ਜਰਨਲ ਦੀਆਂ 21 ਐ ਉਵੇਂ ਤੁਸੀਂ ਦੇਖ ਸਕਦੇ ਹੋ ਵਿੱਚ ਵੰਡੀਆਂ ਹੋਈਆਂ ਨੇ 53 ਨੈਕਸਟ ਇਹਦੇ ਵਿੱਚ ਉਹਨਾਂ ਨੇ ਦੂਸਰੀ ਜਿਹੜੀ ਪੋਸਟ ਕੱਢੀ ਆ ਉਹ ਹੈਗੀ ਆ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਿੱਚ ਸੱਤ ਸਾਮੀਆਂ ਨੇ ਇਹਦੇ ਵਿੱਚ ਵੀ ਕੈਟਾਗਰੀ ਦੇ ਬਾਈਸ ਉਹਨਾਂ ਨੇ ਵਰਗਵੰਡ ਕੀਤੀ ਹੋਈ ਆ ਫਿਰ ਉਹਨਾਂ ਨੇ ਪੂਰਾ ਲੇਖ ਵਿਭਾਗ ਵਿੱਚ ਕੱਢੀਆਂ ਨੇ ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਦੇ ਵਿੱਚ ਕੀ ਕੀ ਜਿਹੜੀ ਕੁਆਲਿਫਿਕੇਸ਼ਨ ਮੰਗੀ ਆ ਹਾਂਜੀ ਜਿਹੜੀਆਂ ਸਹਾਇਕ ਖਜ਼ਾਨਚੀ ਦੀਆਂ 53 ਸਾਮੀਆਂ ਉਸ ਦੇ ਵਿੱਚ ਉਹਨਾਂ ਨੇ ਫਰਸਟ ਕਲਾਸ ਦੇ ਵਿੱਚ ਤੁਹਾਡੀ ਜਿਹੜੀ ਅ 10ਵੀਂ ਕੀਤੀ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਤੇ ਮੈਥ ਦੇ ਸਬਜੈਕਟ ਦੇ ਨਾਲ ਹੋਣੀ ਚਾਹੀਦੀ ਹੈ ਸੋ ਗ੍ਰੈਜੂਏਸ਼ਨ ਦੇ ਵਿੱਚ ਤੇ ਨਾਲ ਹੀ ਉਹਨਾਂ ਨੇ ਨੈਕਸਟ ਵੀ ਲਿਖਿਆ ਹੋਇਆ ਉਹਦੇ ਵਿੱਚ ਹੋਰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਇੱਕ ਸਾਲ ਦਾ ਉਹਨਾਂ ਨੇ ਮਿਨੀਮਮ ਗਵਰਨਮੈਂਟ ਆਫਿਸ ਵੱਲੋਂ ਮੰਗਿਆਗਾ ਐਕਸਪੀਰੀਅੰਸ ਮੰਗਿਆ ਫਿਰ ਜਿਹੜੇ ਨੈਕਸਟ ਪੋਸਟ ਨਿਕਲੀ ਹੈ ਗੈਲਰੀ ਸਹਾਇਕ ਦੀ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਤੁਹਾਡੀ ਆਨਰਸ ਦੇ ਨਾਲ ਹਿਸਟਰੀ ਕੀਤੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ 6 ਮਹੀਨੇ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਤੁਹਾਡੀ ਉਸ ਫੀਲਡ ਦੇ ਨਾਲ ਇਹ ਤੁਸੀਂ ਅੱਗੇ ਪੜ ਸਕਦੇ ਹੋ ਫੀਲਡ ਆਰਟਿਸਟ ਦੀ ਵੀ ਜਿਹੜੀ ਨਿਕਲੀ ਉੱਥੇ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਹੈ 뮤జిక్ ਦੇ ਵਿੱਚ ਹੋਣੀ ਚਾਹੀਦੀ ਹੈ ਪੁਰਾ ਲੇਖ ਵਿਭਾਗ ਵਿੱਚ ਕੈਟਾਲੋਗਰ ਦੇ ਵਿੱਚ ਉਹਨਾਂ ਨੇ ਤੁਹਾਡੀ ਮੰਗਿਆ ਗ੍ਰੈਜੂਏਸ਼ਨ ਨਾਲ ਉਹਨਾਂ ਨੇ ਸਰਟੀਫਿਕੇਟ ਮੰਗਿਆ ਹੈਗਾ ਤੁਸੀਂ ਸਾਰੀਆਂ ਇਹ ਚੀਜ਼ਾਂ ਪੜ ਸਕਦੇ ਹੋ ਜੇਲਤ ਸਾਜ਼ ਦੀ ਜੂਨੀਅਰ ਤਕਨੀਕੀ ਸਹਾਇਕ ਦੀ ਲੈਬਾਰਟਰੀ ਸਹਾਇਕ ਵਾਸਤੇ ਉਹਨਾਂ ਨੇ ਸਿਨੀਅਰ ਸਕੈਂਡਰੀ ਮੰਗੀ ਹੈ ਐਗਜ਼ਾਮੀਨੇਸ਼ਨ ਦੇ ਵਿੱਚ ਸਾਇੰਸ ਦੇ ਨਾਲ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਫਿਰ ਉਹਨਾਂ ਨੇ ਖੇਤੀਬਾੜੀ ਓਪਨ ਰੀਖਣ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਦੇ ਨਾਲ ਨਾਲ ਉਹਨਾਂ ਦੇ ਗੱਲ ਕੀਤੀ ਦੋ ਸਾਲਾਂ ਦਾ ਡਿਪਲੋਮਾ ਤੁਹਾਡਾ ਐਗਰੀਕਲਚਰ ਦੇ ਵਿੱਚ ਹੋਣਾ ਜ਼ਰੂਰੀ ਆ ਤੇ ਤੁਹਾਡੇ ਕੋਲੇ ਬੈਚਲਰ ਆ ਜਿਹੜੀ ਤੁਹਾਡੀ ਐਗਰੀਕਲਚਰ ਫੀਲਡ ਚ ਹੋਣੀ ਚਾਹੀਦੀ ਹੈ ਸੋ ਨੈਕਸਟ ਉਹਨਾਂ ਨੇ 10ਵੀਂ ਕਲਾਸ ਦੇ ਵਿੱਚ ਜਿਵੇਂ ਆਪਾਂ ਨੂੰ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ ਤੁਹਾਡੀ ਉਹ ਸਾਰੀਆਂ ਜਿਹੜੀਆਂ ਨੇ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਰਾਖਮਾ ਕਰਨ ਬਾਰੇ ਤੁਹਾਨੂੰ ਸੂਚਿਤ ਕੀਤਾ ਉਹਨਾਂ ਨੇ ਕਿਵੇਂ-ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਕਿੰਨਾ-ਕਿੰਨਾ ਨੂੰ ਇਹ ਚੀਜ਼ ਦਾ ਬੈਨੀਫਿਟ ਹੋਗਾ ਤੇ ਕਿਹੜੇ-ਕਿਹੜੇ ਸਰਟੀਫਿਕੇਟ ਆ ਜਿਹੜੇ ਤੁਸੀਂ ਤੁਹਾਡੇ ਚਾਹੀਦੇ ਨੇ ਸੋ ਇਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀ ਜਿਹੜੀ ਸੈਲਰੀ ਬਾਰੇ ਦੱਸਿਆ ਜਿਵੇਂ ਡਾਇਰੈਕਟਰ ਖਜ਼ਾਨਾ ਤੇ ਲੇਖਾ ਸਹਾਇਕ ਖਜ਼ਾਨਚੀ ਆ ਜਿਹੜੇ ਉਹਨਾਂ ਦੀ ਸੈਲਰੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਪੱਤਿਆਂ ਬਾਰੇ ਉਹਨਾਂ ਬਾਰੇ ਦੱਸਿਆ ਹੋਇਆ 25500 ਜਿਹੜਾ ਇਹਨਾਂ ਨੇ ਸਨਮੁਕ ਕੀਤੀ ਹੈ ਮਿਨੀਮਮ ਜਿਹੜੀ ਪੇ ਹੈ ਮਿਲੇਗੀ ਤੁਹਾਨੂੰ ਫਿਰ ਨੈਕਸਟ ਗੈਲਰੀ ਸਹਾਇਕ ਦੀ ਸੈਲਰੀ ਦੱਸੀ ਐ 29200 ਉਵੇਂ ਫਿਰ 25500 ਫੀਲਡ ਆਰਟਿਸਟ ਦੀ ਕੈਟਾਲਾਗ ਦੀ 29200 ਬਾਕੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਕਿਹੜੀਆਂ ਕਿਹੜੀਆਂ ਹਦਾਇਤਾਂ ਤੁਹਾਡੇ ਤੇ ਥੋੜੀ ਸੈਲਰੀ ਸਕੇਲ ਦੇ ਉੱਪਰ ਜਿਹੜੀਆਂ ਲਾਗੂ ਹੋਣਗੀਆਂ ਲੈਬਾਰਟਰੀ ਸਹਾਇਕ ਦੀ 19900 ਸੋ ਇਹ اسی ਇਸ ਦੇ ਵਿੱਚ ਬਾਅਦ ਵਿੱਚ ਉਹਨਾਂ ਨੇ ਉਮਰ ਦੱਸੀ ਹੈ ਵੀ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਜਰਨਲ ਕੈਟਾਗਰੀ ਦੀ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਸਾਰਿਆਂ ਤੁਹਾਨੂੰ ਦੱਸਿਆ ਵੀ ਕਿੰਨੀ ਉਮਰ ਦੀ ਜਿਹੜੀ ਛੋਟ ਦਿੱਤੀ ਜਾਊਗੀ ਕਿਹੜੀ ਕਿਹੜੀ ਕੈਟਾਗਰੀਜ਼ ਨੂੰ ਫਿਰ ਉਹਨਾਂ ਨੇ ਫੀਸ ਦਾ ਵੀਰਵਾ ਦਿੱਤਾ ਵੀ ਹਜ਼ਾਰ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਜਿਹੜੇ ਕੈਟਾਗਰੀਜ਼ ਦੇ ਨੇ ਉਹਨਾਂ ਵਾਸਤੇ ਜਿਹੜੀ ਫੀਸ ਹੈ ਘੱਟ ਹੈ ਸੋ ECG ਬਾਕੀ ਤੁਸੀਂ ਅਪਲਾਈ ਕਰਨ ਲਈ ਇਸ ਨੋਟੀਫਿਕੇਸ਼ਨ ਨੂੰ ਇਸ ਵੈਬਸਾਈਟ ਤੁਹਾਨੂੰ ਮੈਂ ਵਿਜੀਬਲ ਕਰੀ ਦਿੱਤੀ ਹੈ www.sbi.punjabgovernment.com ਤੇ ਜਾ ਕੇ ਤੁਸੀਂ ਇੱਥੇ ਅਪਲੋਡ ਕੀਤੀ ਹੋਈ ਹੈ ਸਾਰੇ PDF ਤੁਸੀਂ ਡਾਊਨਲੋਡ ਕਰ ਸਕਦੇ ਹੋ ਸਾਰਾ ਇਹਦੇ ਵਿੱਚ ਦੱਸਿਆ ਹੋਇਆ ਸੋ ਇਹ ਪੋਸਟਾਂ ਦੀ ਜਿਹੜੀਆਂ ਪੰਜਾਬ ਤੋਂ ਨਵੀਆਂ ਆਈਆਂ ਨੇ ਤੁਸੀਂ ਭਰ ਸਕਦੇ ਹੋ ਸੋ ਹੋਰ ਵੀ ਕੋਈ ਵੀ ਪੋਸਟ ਪੰਜਾਬ ਦੇ ਵਿੱਚ ਆਉਂਦੀ ਹੈ ਜਾਂ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਆਉਂਦੀ ਹੈ ਥੋੜੀ ਨਾਲ ਡਿਸਕਸ ਕਰਦੇ ਰਵਾਂਗੇ ਜੁੜੇ ਰਹੋ ਜਨੀਆ ਸਟਡੀ ਹਬ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ